देख रहे हो जी कंट्रोलिंग लाइट्स दी यह सारी इधर तो चेंज होंगी है तुसी देख सकते हो प्लेन होंगी है मैट इधर अपन पियानो फिर जब पेंट कराई हुई तो बाई ने टिंटेड भी करवाए हैं आप प्रमोट नहीं करा कि तुसी करवाओ बाई अज वीडियो शूट करनी है जिहड़ी नवी आई 20 आ फुली मॉडिफाई आ टोटल चेंजेस ने म्यूजिक सिस्टम बहुत ज़्यादा वधिया लग्या होया सराउंडिंग एक DSP टाइप भी लग्या होया मिनी एम्पलीफायर कह सकते हैं तो बेस ट्यूब लगी हुई है JBL दी तो एक बार ओवरलुक दिना थानू गड्डी दी पूरी मॉडिफाई की हुई है गड्डी नू एक एक चीज़ कवर करांगे तो प्रॉपर इनफॉर्मेशन लवेंगे जो गड्डी दे ओनर ने मनवीर तो पुछांगे भी की कुछ करवाया होया की हाल है वीर ਆਪਾਂ ਤੁਹਾਡੀ ਗੱਡੀ ਸ਼ੂਟ ਕਰਦੀ ਆ ਤੇ ਅੱਜ ਆਪਾਂ ਸਾਡੇ ਵੀਵਰਸ ਨੂੰ ਪ੍ਰੋਪਰ ਦੱਸੋ ਗੱਡੀ ਦੇ ਵਿੱਚ ਕੀ ਕੁਝ ਕਰਵਾਇਆ ਜੇ ਆਪਾਂ ਫਰੰਟ ਲਾਈਨ ਤੋਂ ਗੱਲ ਕਰੀਏ ਫਰੰਟ ਦੇ ਵਿੱਚ ਕੁਝ ਚੇਂਜਸ ਕਰਵਾਈਆਂ ਹੋਈਆਂ ਨੇ ਜਿੱਦਾਂ ਕਿ ਲਾਈਟ ਮੈਂ ਦੇਖ ਪਾ ਰਿਹਾ ਗੇਲ ਬਦਲੀ ਹੋਈ ਆ ਆਪਾਂ ਓਕੇ ਲਾਈਟਾਂ ਦੇ ਵਿੱਚ ਕੀ ਕੀਤਾ ਹੋਇਆ ਵੀਰ IPL ਦੇ ਪ੍ਰੋਜੈਕਟਰ ਪਏ ਹੋਏ ਆ ਵੀਰੇ ਓਕੇ ਤੇ ਆ ਵੀ ਮੋਡੀਫਾਈ ਕਰਾਈ ਹੋਈ ਆ ਆਪਾਂ ਜਿੱਦਾਂ ਲਾਈਨਿੰਗ ਕਹਿ ਸਕਦੇ ਆਪਾਂ DRL ਟਾਈਪ ਓਕੇ ਵੀ ਕਰਾਈ ਹੋਈ ਆ ਠੀਕ ਹੈ ਤੇ ਗ੍ਰਿਲ ਦੇ ਵਿੱਚ ਤੁਸੀਂ ਕੀ ਕਰਵਾਇਆ ਹੈ ਵੀਰੇ ਜੀ ਟੌਪ ਮਾਡਲ ਵਾਲੀ ਲਵਾਈ ਹੋਈ ਆ ਆਪਾਂ ਓਕੇ ਸਾਰੀ ਬਦਲੀ ਟੌਪ ਮਾਡਲ ਚੇਂਜ ਕਰਾਈ ਸੀ ਏਜੰਸੀ ਜੀ ਕਰਾਈ ਸੀ ਜਿਹੜੀਆਂ ਲਾਈਟਾਂ ਤੁਸੀਂ ਕਰਵਾਈਆਂ ਨੇ ਇਹ ਕਿੱਥੋਂ ਕਰਵਾਈਆਂ ਨੇ ਇਹ ਵੀਰੇ ਹੈਗਾ ਇੱਥੇ ਬੰਦਾ ਘਰੀ ਕਰਦਾ ਕੰਮ ਓਕੇ ਉਹ ਤੋਂ ਕਰਾਈ ਠੀਕ ਹੈ ਤੇ ਕਿੰਨਾ ਖਰਚਾ ਗਿਆ ਸੀ ਇਕੱਲੀਆਂ ਲਾਈਟਾਂ ਤੇ ਲਾਈਟਾਂ ਦੇ ਵੀਰੇ 25000 ਰੁਪਏ ਆਇਆ ਹੋਇਆ ਕੰਮ 25000 ਰੁਪਏ ਖਰਚਾ ਸੀ ਵਿਦ ਪ੍ਰੋਜੈਕਟਰ ਹਾਂਜੀ ਓਕੇ ਤੇ ਜਿਹੜੀ ਗ੍ਰਿਲ ਚੇਂਜ ਕਰਾਈ ਹੈ ਤੁਸੀਂ ਇਹਦੇ ਕਿੰਨਾ ਗਈ ਖਰਚਾ ਵੀਰੇ ਇਹਦੀ ਗ੍ਰਿਲ ਸੀ ਕਿ 4000 ਦੀ 4000 ਰੁਪਏ ਤੁਹਾਡੀ ਗ੍ਰਿਲ ਸੀ ਫਰੰਟ ਦੇ ਵਿੱਚ ਜਿਹੜੀ ਆ ਥੱਲੇ ਬਾਡੀ ਕਿੱਟ ਆ ਇਹ ਕੰਪਨੀ ਵੱਲੋਂ ਹੀ ਲੱਗੀ ਹੋਈ ਹੈ ਇਹ ਕੰਪਨੀ ਵੱਲੋਂ ਵੀਰੇ ਓਕੇ ਸੋ ਜਿੱਦਾਂ ਤੁਸੀਂ ਦੇਖਿਆ ਕਿ 25000 ਰੁਪਏ ਤੇ ਪਲੱਸ 4000 ਰੁਪਏ ਦੀ ਜਾਲੀ ਸੀਗੀ फ्रंट के इन्होंने मॉडिफिकेशन करवा के रखी है लाइटा की लाइटा तो 25000 रुपया एक बार लाइटा की ओवरलुक थानू जरूर देवे लाइटा के चल रहा दिखाने थोनों सो लाइट की परफॉर्मेंस दस्यो कि बाई तो जो कोई नाइट की वीडियो हुई जरूर आप लवेंगे तो दस्यो कमेंट करके लाइट की परफॉर्मेंस जरूर दस्यो जो इन्होंने मॉडिफिकेशन करवाई हुई लाइट कस्टम लाइट्स करवाई हुई ने जरूर दस्यो तो नीयरली 30000 इन्होंने स्पेंड किया एक इन्होंने लाइट्स लगवाई हुई ने प्लस लाइट्स कह देने आप इन्होंने रिमोट तो होंगे सिक्सटीन इंच अलाई व्हील पाए हुए हैं ये तुम देख सकते हो साइड तो प्रोफाइल एक ओवरलुक दें थोड़ू बॉसन के अलाई व्हील पाए ने कितों पाए थे भाई अलाई व्हील ਓਕੇ थोड़ा जहा एवरेज भी डिडक्शन हुई है मिरर ने साइड जो फोल्डिंग मिरर ने इन्होंने पेंट करवाया हुआ ब्लैक दे विच ये भी इन्होंने वर्क लुधियाने तो ही करवाया इन्होंने दी आ भी ब्लैक करवाई है थले गोल वाली रेलिंग की हुई है बॉडी किट नाल ही लगी हुई है विच ही लगी हुई है वीर ओके सो जड़ी तुसी देख सकदे हो साइड मिरर प्लस जड़े हैंडल ने ये भी इन्होंने पेंट करवाए हुए ने कोई टेपिंग नहीं की हुई हैगी सो आपां अंदर विच की करवाया है ब्रदर दित्ती हुई है इत्थे
ਕੰਪਨੀ ਵੱਲੋਂ ਪਲੇਨ ਆਉਂਦੀ ਹੈ ਮੈਟ ਇਦਾਂ ਆਪਾਂ ਪਿਆਨੋ ਫਿਨਿਸ਼ ਦੇ ਵਿੱਚ ਪੇਂਟ ਕਰਾਈ ਹੋਈ ਹੈ ਵੀ ਠੀਕ ਹੈ ਸੋ ਇਹ ਵੀ ਮੋਡੀਫਿਕੇਸ਼ਨ ਕਰਵਾਈ ਹੋਈ ਹੈ ਤੁਹਾਡੀ ਤੇ ਸੀਟ ਕਵਰ ਕਿੱਥੋਂ ਕਰਵਾਈ ਸੀ ਤਿਆਰ ਸੀਟ ਕਵਰ ਫਿਰ ਇੱਥੇ ਹੀ ਹੈਗਾ ਆਪਣਾ ਬੰਦਾ ਵਾ ਉੱਥੋਂ ਕਰਾਏ ਹੋਏ ਆ ਓਕੇ ਕਿੰਨਾ ਖਰਚਾ ਆ ਗਿਆ ਸੀ ਟੋਟਲ ਪੇਂਟ ਵਰਕ ਤੇ ਔਰ ਸੀਟ ਕਵਰਸ ਤੇ ਪੇਂਟ ਵਰਕ ਤੇ ਵੀਰੇ ਸਾਰੇ ਕੋਲ A to Z ਕਰਾ ਕੇ 5000 ਰੁਪਏ ਲੱਗਿਆ ਸੀਗਾ ਤੇ ਡੋਰ ਹੈਂਡਲ ਕਰਾ ਕੇ ਓਕੇ ਕੇ ਡੋਰ ਹੈਂਡਲ ਕਰਵਾ ਕੇ ਮਤਲਬ ਕੁਝ ਹੋਰ ਤਾਂ ਨਹੀਂ ਇਹਦੇ ਵਿੱਚ ਅੰਦਰ ਤੁਸੀਂ ਕਰਵਾਇਆ ਹੋਇਆ ਕੁਝ ਵੀ ਸੀਟ ਕਵਰ ਤੇ ਜਿਹੜੇ ਮੈਟ ਵਗੈਰਾ ਨੇ ਓਰੀਜਨਲ ਨੇ ਕੰਪਨੀ ਵੱਲੋਂ ਓਰੀਜਨਲ ਨੇ ਵੀਰੇ ਸੋ ਦੇਖ ਸਕਦੇ ਹੋ ਕਿ 5000 ਨੀਅਰਲੀ ਖਰਚਾ ਆਇਆ ਪੇਂਟ ਵਰਕ ਦਾ ਜੋ ਇਹਨਾਂ ਨੇ ਅੰਦਰ ਕਰਵਾਇਆ ਤੇ ਬਾਹਰ ਕਰਵਾਇਆ ਤੇ ਸੀਟ ਕਵਰ ਵਿੱਚ ਹੀ ਪਵਾ ਕੇ 5000 ਰੁਪਏ ਖਰਚਾ ਆਇਆ ਸੀ ਹੁਣ ਆਪਾਂ ਗੱਲ ਕਰਾਂਗੇ ਜੋ ਇਹਦੇ ਵਿੱਚ ਪੁਆਇੰਟ ਆ ਬਹੁਤ ਵਧੀਆ ਉਹ ਹੈਗਾ ਮਿਊਜ਼ਿਕ ਸਿਸਟਮ ਦਾ ਇੱਕ ਵਾਰ ਓਵਰਲੋਕ ਕੇ ਦਿੰਦੇ ਆ ਮਿਊਜ਼ਿਕ ਸਿਸਟਮ ਦਾ JBL ਦੀ ਇਹਨਾਂ ਨੇ ਬੇਸ ਟਿਊਬ ਰਖਾਈ ਹੋਈ ਆ ਤੇ ਬਲੋ ਪੰਕ ਦਾ 4 ਚੈਨਲ ਐਂਪ ਮੋਨੋ ਸੌਰੀ ਮੋਨੋ ਐਂਪ ਤੇ 4 ਚੈਨਲ ਐਂਪ ਇਹਨਾਂ ਨੇ ਕਿਹੜੀ ਕੰਪਨੀ ਦਾ ਸਾਊਂਡ ਬੈਰੀਅਰ ਦਾ ਸਾਊਂਡ ਬੈਰੀਅਰ ਦਾ ਤੇ ਅੰਡਾ ਸ਼ੇਪ ਸਪੀਕਰ ਲਗਵਾਏ ਹੋਏ ਨੇ ਇਹਨਾਂ ਨੇ ਤੇ ਉਸ ਤੋਂ ਬਾਅਦ 뮤직 ਦੇ ਵਿੱਚ ਹੋਰ ਕੀ ਵੀਰੇ ਲਗਵਾਇਆ ਹੋਇਆ ਤੁਸੀਂ ਸਰਾਊਂਡਿੰਗ ਲਈ ਸਰਾਊਂਡ ਲੱਗੀ ਹੋਈ ਹੈ ਵੀਰੇ ਇੱਕ ਓਕੇ ਤੇ ਕਲੀਅਰੈਂਸ ਵੀ ਉਹਦੀ ਮਿਡ ਰੇਂਜ ਲੱਗੀ ਹੋਈ ਹੈ ਮਿਡ ਰੇਂਜ ਲੱਗੀਆਂ ਹੋਈਆਂ ਨੇ ਵਿੰਡੋ ਜਿਹੜੇ ਦੇਖ ਸਕਦੇ ਹੋ ਡੈਸ਼ਬੋਰਡ ਤੇ ਫੁੱਲ ਰੇਂਜ ਸਪੀਕਰਸ ਲੱਗੇ ਹੋਏ ਨੇ ਇਹਨਾਂ ਦੀ ਆਊਟਪੁੱਟ ਲੈਣੇ ਤੇ ਡੋਜ਼ ਦੀ ਗੱਲ ਕਰੀਏ ਤਾਂ ਡੋਜ਼ ਦੇ ਵਿੱਚ ਐਵਾਟਾਰ ਦੀਆਂ ਮਿਡਸ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੀ ਕਾਸਟ ਨੀਅਰ ਅਬਾਊਟ 11-12,000 ਹੈਗੀ ਆ ਤੇ ਬਾਕੀ ਆਪਾਂ ਐਂਡ ਤੇ ਬਾਈ ਨੂੰ ਪੁੱਛਾਂਗੇ ਕਿ ਕੀ ਟੋਟਲ ਖਰਚਾ ਆਇਆ ਇਹਦੇ ਸਿਸਟਮ ਮਿਊਜ਼ਿਕ ਸਿਸਟਮ ਤੇ ਨਾਲ ਦੀ ਨਾਲ ਆਪਾਂ ਇਹਦੀ ਪਰਫਾਰਮੈਂਸ ਵੀ ਸੁਣਦੇ ਆਂ ਤੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਕਿ ਜਿਹੜਾ ਆਪਾਂ ਆਊਟਪੁੱਟ ਆ ਜੇ ਤੁਸੀਂ 뮤직 ਨੂੰ ਫੀਲ ਕਰਨਾ ਚਾਹੁੰਦੇ ਹੋ ਤਾਂ ਆਪਾਂ 뮤직 ਇੰਸਟਾਗ੍ਰam ਪੇਜ ਤੇ ਅਪਲੋਡ ਕਰਾਂਗੇ ਇੰਸਟਾਗ੍ਰam ਪੇਜ ਸਾਡਾ ਹੈਗਾ ਫਲੈਸ਼ ਵੀ ਕਰਾਂਗਾ ਮੈਂ ਮਾਨ ਅੰਡਰਸਕੋਰ ਕ੍ਰੀਏਟਰਸ ਦੇ ਨਾਂ ਤੇ ਬਣਿਆ ਹੋਇਆ ਆਪਣਾ ਪੇਜ ਤੇ ਆਪਾਂ ਇਹਦੀ ਪਰਫਾਰਮੈਂਸ ਕਹਿੰਦੇ ਹੈੱਡਫੋਨ ਜ਼ਰੂਰ ਲਾਇਓ ਹੈੱਡਫੋਨ ਲਾ ਕੇ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦੀ ਪਰਫਾਰਮੈਂਸ ਆ ਬਾਸ ਬਾਰੇ ਦੱਸਿਓ ਕਲੀਅਰਲੀ ਕਿੰਨੀ ਕੁ ਹੈਗੀ ਆਵਾਜ਼ ਉਹਦੇ ਬਾਰੇ ਦੱਸਿਓ ਥੈਂਕ ਯੂ ਵੀ ਕਵਰ ਕੀਤਾ ਆਪਣੀ ਵੀਡੀਓ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਹੈੱਡਫੋਨ ਜ਼ਰੂਰ ਰੈਕਮੈਂਡ ਕਰਾਂਗਾ ਹੈੱਡਫੋਨਾਂ ਦੇ ਵਿੱਚ ਪ੍ਰੋਪਰ ਤੁਹਾਨੂੰ ਕਲੈਰਿਟੀ ਪਤਾ ਲੱਗੂਗੀ ਵੌਇਸ ਦੀ ਪ੍ਰੋਪਰ ਤੁਹਾਨੂੰ ਵੌਇਸ ਜਿਹੜੀ ਉਹ ਸੁਣਨ ਨੂੰ ਵਧੀਆ ਫੀਲ ਹੋਊਗੀ ਤੇ 뮤직 ਦੱਸਿਓ ਕਿੱਦਾਂ ਲੱਗਿਆ ਸਪੈਸ਼ਲੀ 뮤직 ਬਹੁਤ ਵਧੀਆ ਅਪਗ੍ਰੇਡ ਕਰਵਾਇਆ ਹੋਇਆ ਮੁੰਡੇ ਨੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਪ੍ਰਾਈਜ਼ ਜ਼ਰੂਰ ਮੈਂਸ਼ਨ ਕਰਾਂਗੇ ਇਹਦੇ ਵਿੱਚ ਤੇ ਕੀ ਚੀਜ਼ਾਂ ਲੱਗੀਆਂ ਨੇ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰਾਂਗੇ ਤੁਸੀਂ ਜਾ ਕੇ ਬਾਈ ਦਾ ਵੀ ਇੰਸਟਾਗ੍ਰam ਅਕਾਊਂਟ ਹੈਗਾ ਮਨਵੀਰ ਦੇ ਨਾਂ ਤੇ ਜਾ ਕੇ ਫੋਲੋ ਕਰ ਸਕਦੇ ਹੋ ਆਪਣਾ ਵੀ ਮਾਨ ਅੰਡਰਸਕੋਰ ਕ੍ਰੀਏਟਰਸ ਦੇ ਨਾਮ ਤੇ ਹੈਗਾ ਆ ਤੇ ਜਾ ਕੇ ਫੋਲੋ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਕੇ ਦੱਸਿਓ ਕਿੱਦਾਂ ਲੱਗਿਆ 뮤직 ਤੇ ਹੁਣ ਇੱਕ ਹੋਰ ਆਪਾਂ ਜਿਹੜੀ ਮੇਨ ਚੀਜ਼ ਸੀਗੀ ਕਿ ਜਿਹੜਾ ਇਹਨਾਂ ਰੂਫ ਟੋਟਲ ਗਲੋਸੀ ਬਲੈਕ ਕਰਵਾਇਆ ਹੋਇਆ ਇਹਨਾਂ ਨੇ ਬਿਲਕੁਲ ਵੀ ਕਿਤੇ ਦੇਖ ਸਕਦੇ ਤੁਸੀਂ ਕੋਈ ਜੋੜ ਨਹੀਂ ਪਾਇਆ ਹੋਇਆ ਫੁੱਲ ਜਿਹੜੀ ਟੇਪਿੰਗ ਆ ਪੂਰੀ ਪ੍ਰੋਪਰ ਇੱਕ ਕਹਿ ਸਕਦੇ ਹੋ ਕਿ ਸ਼ੀਟ ਲੱਗੀ ਹੋਈ ਆ ਉਹਦੇ ਤੇ ਪ੍ਰੋਪਰ ਬਹੁਤ ਜ਼ਿਆਦਾ ਵਧੀਆ ਗਲੋਸ ਫਿਨਿਸ਼ਿੰਗ ਆ ਤੇ ਬਾਈ ਨੇ ਟਿੰਟਡ ਵੀ ਕਰਵਾਏ ਹੋਏ ਨੇ ਆਪਾਂ ਪ੍ਰੋਮੋਟ ਨਹੀਂ ਕਰਾਂਗੇ ਕਿ ਤੁਸੀਂ ਕਰਵਾਓ ਬਾਈ ਨੇ ਟੋਟਲ ਗੱਡੀ ਹੈ ਜਿਹੜੀ ਟਿੰਟਡ ਕਰਵਾਈ ਹੋਈ ਆ ਬਲੈਕ ਕਰਵਾਈ ਹੋਈ ਆ ਇਹ ਤੁਹਾਡਾ ਆਪਣਾ ਰਿਸਕ ਆ ਅਸੀਂ ਤੁਹਾਨੂੰ ਰეკਮੈਂਡ ਨਹੀਂ ਕਰਾਂਗੇ ਬਾਈ ਨੂੰ ਪੁੱਛਦੇ ਆ ਤੇ ਕਿੰਨੀ ਕਾਸਟ ਲੱਗ ਗਈ ਸੀ ਟੋਟਲ ਆਪਣੇ 뮤직 ਸਿਸਟਮ ਤੇ ਵੀਰੇ ਮੇਰੇ 뮤직 ਸਿਸਟਮ ਤੇ ਨਾ ਕਰਦੇ ਵੀ 1.5 ਲੱਖ ਰੁਪਏ ਲੱਗਿਆ ਹੋਇਆ 1.5 ਲੱਖ ਰੁਪਏ ਇਹਨਾਂ ਦੇ 뮤직 ਸਿਸਟਮ ਤੇ ਕਰਾ ਕੇ ਸਭ ਕੁਝ ਗੱਡੀ ਟੋਟਲ ਡੈਂਪਿੰਗ ਆ ਡੈਂਪਿੰਗ ਹੈ ਇਹ ਤਾਂ ਆਪਾਂ ਮਿਸ ਕਰਤਾ ਸੋ ਦੇਖ ਸਕਦੇ ਇੱਕ ਮੇਨ ਚੀਜ਼ ਜਿਹੜੀ ਸੀ ਆਪਾਂ ਤੋਂ ਮਿਸ ਹੋ ਗਈ ਆ ਗੱਡੀ ਟੋਟਲ ਡੈਂਪਿੰਗ ਕਰਵਾਈ ਹੋਈ ਆ ਛੱਤ ਨੂੰ ਛੱਡ ਕੇ ਵਿੰਡੋ ਵਿੱਚ ਦੇਖ ਸਕਦੇ ਹੋ ਤੁਸੀਂ ਸਾਊਂਡ ਫੀਲ ਕਰ ਸਕਦੇ ਹੋ
ਡੈਂਪਿੰਗ ਕਿਹੜੀ ਕੰਪਨੀ ਦੀ ਕਰਵਾਈ ਆ ਬ੍ਰਦਰ? ਵੀਰੇ ਇਹਦੀ ਡੈਂਪਸ ਕੰਪਨੀ ਜਾਂ ਫਿਰ ਬਲੂ ਕੰਪਨੀ ਹੈ। ਓਕੇ, ਬਲੂ ਪੰਕ ਤੇ ਡੈਂਪਸ ਕੰਪਨੀ ਦੀ ਕਿੱਥੋਂ ਕਰਵਾਈ ਸੀਗੀ ਇਹ? ਵੀਰੇ ਇੱਥੇ ਹੀ ਹੁੰਦਾ ਹੈਗਾ ਗੱਡੀ ਹੁੰਦਾ। ਓਕੇ, ਉੱਥੋਂ ਕਰਾਈ। ਸਰ ਟੋਟਲ ਖਰਚਾ ਆਪਣਾ ਮਿਊਜ਼ਿਕ ਔਰ ਡੈਂਪਿੰਗ ਤੇ 1.50 lakh ਰੁਪਏ ਆ ਗਿਆ। ਓਕੇ, 1.5 lakh ਦਾ ਅਪਰੋਕਸ ਖਰਚਾ ਆ ਗਿਆ। ਹੁਣ ਫਿਰ ਮੈਂ ਇੱਕ ਗੱਲ ਕਹੂੰਗਾ, ਹੁਣ ਕਮੈਂਟ ਕਰਕੇ ਦੱਸਣਗੇ ਕਿ ਵੀਰੇ ਇੰਨਾ ਖਰਚਾ ਕਿਵੇਂ ਆ ਗਿਆ, ਇਹ ਹੋ ਜਾਂਦਾ ਵੋ ਹੋ ਜਾਂਦਾ। ਪਲੀਜ਼ ਇੱਦਾਂ ਦੇ ਕਮੈਂਟ ਨਾ ਕਰਿਆ ਕਰੋ। ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ। ਸ਼ੌਂਕ ਬਹੁਤ ਕੁਛ ਕਰਵਾ ਆਉਂਦਾ। ਗੱਡੀ 10 lakh ਦੀ ਹੁੰਦੀ ਹੈ, 10 lakh ਬੰਦਾ ਉੱਪਰ ਲਾ ਆਉਂਦਾ, ਫਿਰ ਕਮੈਂਟ ਕਰਦੇ ਨੇ ਨਹੀਂ ਨਵੀਂ ਗੱਡੀ ਆਉਂਦੀ। ਸੋ ਪਲੀਜ਼ ਹੱਥ ਬੰਨ ਕੇ ਬੇਨਤੀ ਹੈ, ਇੱਦਾਂ ਦੇ ਕਮੈਂਟ ਨਾ ਕਰਿਆ ਕਰੋ। ਸ਼ੌਂਕ ਬੰਦੇ ਨੂੰ ਆਪਣੇ ਪੂਰੇ ਕਰਨੇ ਹੁੰਦੇ, ਜਿਵੇਂ ਬੰਦਾ ਮਰਜ਼ੀ ਕਰੇ। ਸੋ 1.5 lakh ਰੁਪਇਆ ਇਕੱਲਾ ਮਿਊਜ਼ਿਕ ਸਿਸਟਮ 'ਤੇ ਲੱਗਿਆ ਹੋਇਆ। JBL ਦੀ ਬੇਸ ਟਿਊਬ ਸੀਗੀ, ਅਤੇ ਬਲੋ ਪੰਕ ਦਾ ਮੋਨੋ ਐਂਪ ਆ, ਅਤੇ ਸਾਊਂਡ ਵੈਰੀਅਰ ਦਾ 4-channel ਐਂਪ ਆ। ਐਵਾਟਾਰ ਦੀਆਂ ਮਿਡਸ ਲੱਗੀਆਂ ਨੇ, ਫੁੱਲ ਰੇਂਜ ਸਪੀਕਰ ਲੱਗੇ ਹੋਏ ਨੇ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਆਪਾਂ ਵੀਡੀਓ ਨੂੰ ਲੱਗਿਆ ਖਤਮ ਕਰਨ, ਅਤੇ ਚੱਲਦੇ ਚੱਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਲਾਈਕ ਵੀ ਕਰ ਦਿਆ ਕਰੋ, ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮੱਚ।